ਕੁਲਦੀਪ ਜੀ, ਧਰਨਾ ਲੱਗ ਗਿਆ ਮਾਨਸਾ ਤਿੰਨ ਕੋਨੀਆਂ ਦੇ ਉੱਪਰ, ਜਾਮ ਲੱਗ ਗਿਆ, ਕੀ ਕਹਿਣਾ ਚਾਹੋਗੇ ਫੈਨਸ ਨੂੰ ਜਿਹੜੇ? ਅਸੀਂ ਸਿਰਫ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਾਡੇ ਇੱਥੇ ਲੋਕਲ ਟੈਂਪੂ ਯੂਨੀਅਨ ਨੇ ਇੱਕ ਧਰਨਾ ਲਾਇਆ ਤਿੰਨ ਕੋਨੀਆਂ ਤੇ। ਸੰਗਤ ਨੂੰ ਬੇਨਤੀ ਹੈ ਵੀ ਦੋ ਰੂਟ ਹੈ, ਇੱਕ ਤਾਂ ਭੈਣੀ ਬਾਘਾ ਹੋ ਕੇ ਮੂਸੇ ਆ ਸਕਦੇ ਤੁਸੀਂ, ਨਹੀਂ ਤਾਂ ਫਿਰ ਉੱਪਰ ਦੀ ਜਿਹੜਾ ਤੁਸੀਂ ਲੰਗਲਵੀ ਦੀ ਹੋ ਕੇ ਜਿਹੜਾ ਉੱਧਰ ਦੀ ਰੂਟ ਬਣਾ ਕੇ ਇੱਧਰ ਦੀ ਪਹੁੰਚ ਜਿਓ। ਨਾਲ ਹੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਉਹ ਧਰਨਾ ਲੱਗਣ ਕਰਕੇ ਜਿਹੜੇ ਟ੍ਰੈਫਿਕ ਦੇ ਰੂਟ ਹੈ ਉਹ ਦੋ ਬਣਾਏ ਜਾਣ, ਤਾਂ ਜੋ ਕਿ ਲੋਕ ਜਿਹੜੇ ਸੰਗਤ ਦੇ ਜਿਨ੍ਹਾਂ ਦੇ ਵੀ ਸਿੱਧੂ ਦੇ ਫੈਨਸ ਨੇ ਇੱਥੇ ਆਉਣਾ, ਉਹਨਾਂ ਨੂੰ ਪਹੁੰਚਣ ਦੇ ਵਿੱਚ ਕੋਈ ਤਕਲੀਫ ਨਾ ਹੋਵੇ। ਬਾਕੀ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਅੱਜ ਦਾ ਦਿਨ ਥੋੜ੍ਹਾ ਜਿਹਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਹਾਦਸਾ ਐਡਾ ਵੱਡਾ ਹੋਇਆ ਹੋਇਆ, ਸਿੱਧੂ ਮੂਸੇਵਾਲੇ ਦੀ ਡੈਥ ਜਿਹੜੀ ਆ ਉਹ 29 ਤਰੀਕ ਨੂੰ ਹੋਈ ਹੈ, ਅਤੇ ਅੱਜ ਦਾ ਦਿਨ ਥੋੜ੍ਹਾ ਜਿਹਾ ਸਾਨੂੰ ਇਸ ਚੀਜ਼ ਦਾ ਰਿਲੈਕਸ ਦਿਓ। ਤੁਸੀਂ ਕੱਲ੍ਹ ਨੂੰ ਜਾਂ ਪਰਸੋਂ ਜਦੋਂ ਵੀ ਧਰਨਾ ਲਾਓਗੇ ਅਸੀਂ ਵੀ ਤੁਹਾਡੇ ਨਾਲ ਆ, ਤੁਹਾਡੀਆਂ ਸਾਰੀਆਂ ਗੱਲਾਂ ਜਾਇਜ਼ ਨੇ, ਪਰ ਸਾਡੀ ਬੇਨਤੀ ਹੈ ਵੀ ਅੱਜ ਅਸੀਂ ਸਾਡੇ ਕੋਈ ਸਮਾਗਮ ਨੇ, ਸ਼ਾਮ ਨੂੰ ਅਸੀਂ ਕੈਂਡਲ ਮਾਰਚ ਕਰਨਾ, ਜਿਵੇਂ ਸਾਡਾ ਇੱਥੇ ਖੂਨਦਾਨ ਕੈਂਪ ਚੱਲ ਰਿਹਾ, ਉੱਧਰੋਂ ਪਾਠ ਪ੍ਰਕਾਸ਼ ਨੇ ਉਹਨਾਂ ਦੇ ਭੋਗ ਪੈ ਰਹੇ, ਅਸੀਂ ਉਹ ਸੰਗਤ ਨੂੰ ਇੱਥੇ ਪਹੁੰਚਣ ਚਾਹੀਦਾ। ਇਸ ਕਰਕੇ ਬੇਨਤੀ ਹੈ ਵੀਰ ਬਣ ਕੇ ਤੁਸੀਂ ਥੋੜ੍ਹਾ ਜਿਹਾ ਸਾਡਾ ਸਾਥ ਦਿਓ, ਅਤੇ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਤੁਸੀਂ ਜਿਹੜਾ ਕੋਈ ਰੂਟ ਬਣਾ ਕੇ ਸੰਗਤ ਨੂੰ ਇੱਥੇ ਪਹੁੰਚਦਾ ਕਰੋ।